ਤੇਰਾ ਕਿਹੜਾ ਜੀ ਲੱਗਦਾ ਉੱਤੋਂ ਉੱਤੋਂ ਕਰਨਾ ਜੀ ਤੇਰਾ ਵੀ ਨਹੀਂ ਲੱਗਦਾ ਅੱਜ ਮੇਰੀ ਘਰ ਵਾਲੀ ਹੈ ਨੀ ਗੀ ਤੇ ਮੇਰੀ ਹੈਲਪ ਕਰਾ ਮੇਰਾ ਨਹੀਂ ਤੇ ਜੀ ਕਰਦਾ ਇਕੱਲੀ ਦਾ ਸਬਜ਼ੀ ਤੋੜਨ ਨੂੰ ਹਾਂਜੀ ਗੁੱਡ ਮਾਰਨਿੰਗ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦਿਨ ਦੀ ਚੜ੍ਹਦੀ ਸਵੇਰ ਮੁਬਾਰਕ ਅਤੇ ਅੱਜ ਵਾਲਾ ਵਲੋਗ ਕਰਦੇ ਹਾਂ ਸਟਾਰਟ ਮਨਪ੍ਰੀਤ ਨੂੰ ਛੱਡਿਆਂ ਦਾ ਪਿੰਡ ਸੋ ਅੱਜ ਮਨਪ੍ਰੀਤ ਦੇ ਬਾਅਦ ਹੈਗਾ ਪਹਿਲਾ ਦਿਨ ਠੀਕ ਆ ਸੋ ਅੱਗੇ ਮਨਪ੍ਰੀਤ ਨਾਲ ਹੁੰਦੀ ਆ ਅੱਜ ਸਬਜ਼ੀ ਸਬਜ਼ੀ ਤੋਂ ਹੁੰਦੀ ਡਿਊਟੀ ਮੇਰੀ ਲੱਗੀ ਇਕੱਲੇ ਦੀ ਠੀਕ ਆ ਆਹ ਵੇਖੋ ਆਪਣੀ ਕੈਚੀ ਵੀ ਡਿੱਗ ਪਈ ਆ ਕੈਚੀ ਦੇ ਨਾਲ ਮੈਂ ਭਿੰਡੀਆਂ ਕੱਢਦਾ ਹੁੰਦਾ ਹੁਣ ਸੌਖਾ ਲੱਗਦਾ ਕਰਦੇ ਦੇ ਨਾਲ ਫਿਰ ਥੋੜ੍ਹਾ ਜਿਹਾ ਬੂਟੇ ਦੇ ਟੱਕ ਲੱਗ ਜਾਂਦਾ ਨਾ ਅਤੇ ਵੈਸੇ ਹੱਥ ਨਾਲ ਵੀ ਟੁੱਟ ਜਾਂਦੀਆਂ ਨੇ ਅਤੇ ਪਰ ਮੇਰੀ ਆਦਤ ਮੈਂ ਕੈਚੀ ਨਾਲ ਹੀ ਕੱਢਦਾ ਠੀਕ ਆ ਅਤੇ ਆਹ ਥੋੜ੍ਹਾ ਜਿਹਾ ਆਪਾਂ ਵਿਹਲਾ ਕਰ ਦਿੱਤਾ ਇੱਥੇ ਆਪਾਂ ਆਹ ਜਿਹੜੇ ਅਸੀਂ ਦਰਖਤ ਦੂਸਰੇ ਤੋਂ ਕੱਟਤੇ ਆ ਸੋ ਇਹ ਬਾਲਣ ਬੁਲਣ ਚੱਕਣਾ ਰਹਿ ਗਿਆ ਇੱਥੇ ਆਹ ਜਿਹੜਾ ਬੈਕ ਸਾਈਡ ਪਿਆ ਤੁਸੀਂ ਦੇਖਦੇ ਹੋ ਇਹ ਚੱਕਣਾ ਰਹਿ ਗਿਆ ਬਾਲਣ ਸਾਰਾ ਆਪਾਂ ਇੱਥੇ ਬਹੁਤ ਜ਼ਿਆਦਾ ਝੁਰਮਟ ਵੱਜਿਆ ਖੜਾ ਸੀਗਾ ਆਹ ਵਾਧੂ ਦਰਖਤ ਜੇ ਉੱਗੇ ਵੀ ਸੀਗੇ ਨਿੱਕੇ ਨਿੱਕੇ ਜੇ ਆ ਹੋਰ ਜੰਤਰ ਟਾਈਪ ਜੇ ਆਹ ਬੇਰੀ ਦੇ ਰੱਖ ਲਈਏ ਇੱਕ ਆਪਾਂ ਠੀਕ ਆ ਸੋ ਜਿਹੜਾ ਆਪਣਾ ਉਹ ਬੈਕ ਸਾਈਡ ਦੇ ਉੱਪਰ ਕੈਮਰਾ ਲੱਗਾ ਹੋਇਆ ਹੈ ਨਾ ਉਹ ਪਰਲੀ ਕੋਟ ਦੇ ਉੱਤੇ ਸੋ ਉਹਦੇ ਨਾਲ ਇਹਨੂੰ ਓਹਲਾ ਪੈਂਦਾ ਸੀ ਇੱਧਰ ਖੇਤ ਨਹੀਂ ਦਿਖਦੇ ਸੀ ਆਪਣੇ ਤਾਂ ਵੀ ਕਰਦਾ ਫਿਰ ਬਾਕੀ ਜਿਹੜੀ ਆਪਣੀ ਆ ਸਬਜ਼ੀ ਲਾਈ ਆ ਸਬਜ਼ੀ ਨੂੰ ਛਾਂ ਰਹਿੰਦੀ ਸੀ ਹਵਾ ਨਹੀਂ ਲੱਗਦੀ ਸੀ ਠੀਕ ਆ ਅਤੇ ਭਿੰਡੀਆਂ ਤੁਹਾਨੂੰ ਦਿਖਾਉਣਾ ਮੈਂ ਕਿੱਡਾ ਕਿੱਡੀ ਇਹਨਾਂ ਦੀ ਹਾਈਟ ਹੋਈ ਸੀ ਭਿੰਡੀਆਂ ਦੀ ਦੇਖੋ ਆ ਮੈਂ ਛੋਟੇ ਬੂਟੇ ਦੇ ਬਰਾਬਰ ਖੜਾ ਅਤੇ ਆਹ ਦੇਖ ਲਓ ਬੂਟਾ ਮੇਰੇ ਜਿੱਡਾ ਉੱਚਾ ਹੋ ਚੱਲਿਆ ਭਿੰਡੀਆਂ ਦਾ ਠੀਕ ਆ ਅਤੇ ਦੇਖੋ ਭਿੰਡੀਆਂ ਲੱਗੀਆਂ ਹੋਈਆਂ ਕੱਡੀਆਂ ਕੱਡੀਆਂ ਆਹ ਦੇਖੋ ਭਿੰਡੀਆਂ ਲੱਗੀਆਂ ਹੋਈਆਂ ਠੀਕ ਆ ਘਰ ਦੀ ਸਬਜ਼ੀ ਦਾ ਨਜ਼ਾਰਾ ਬਹੁਤ ਠੀਕ ਆ ਜਦੋਂ ਸੱਜਰੀ ਤੋੜ ਲਈ ਦੀ ਆ ਉਹਦੀ ਧਰ ਲਈ ਦੀ ਆ ਅਤੇ ਦੇਖੋ ਭਿੰਡੀਆਂ ਦਾ ਸਾਈਜ਼ ਕਿੱਡਾ ਵੱਡਾ ਹੋ ਗਿਆ ਦੇਖੋ ਕਿੱਡੀ ਕਿੱਡੀ ਲੰਬੀ ਹਾਈਟ ਹੋ ਗਈ ਆ ਅੱਧੇ ਤਾਂ ਬੂਟੇ ਮੇਰੇ ਨਾਲ ਵੀ ਲੰਬੇ ਹੋਏ ਪਏ ਨੇ ਜੇ ਇੱਕ ਦਿਨ ਸੰਨ ਛੱਡ ਕੇ ਤੋੜਦੇ ਹਾਂ ਭਿੰਡੀਆਂ ਆਪਾਂ ਅਤੇ ਜੇ ਕਿਤੇ ਦਿਨ ਦੋ ਦਿਨ ਲੰਘ ਨਿਕਲ ਜਾਂਦੇ ਜਦੋਂ ਤਾਂ ਉਹਦੇ ਨਾਲ ਸਗੋਂ ਉਦੋਂ ਹੀ ਵੱਡੀਆਂ ਹੋ ਜਾਂਦੀਆਂ ਨੇ ਦੇਖੋ ਕਿੱਡੀਆਂ ਕਿੱਡੀਆਂ ਭਿੰਡੀਆਂ ਹੈਗੀਆਂ ਦੇਖ ਕਿੱਡੀ ਵੱਡੀ ਲੱਗੀ ਹੋਈ ਭਿੰਡੀ ਠੀਕ ਆ ਫਲਾਵਰ ਵਗੈਰਾ ਲੱਗੇ ਹੋਏ ਤੋਰੀਆਂ ਦੀ ਆ ਤੋਰੀਆਂ ਇਹਨੂੰ ਲੱਗੀਆਂ ਹੋਈਆਂ ਤੋਰੀਆਂ ਚੁੰਬੜੀਆਂ ਤਾਂ ਇਹ ਵੱਢਿਆ ਨਹੀਂ ਗਾ ਜਦੋਂ ਤੋਰੀਆਂ ਨਿਬੜਿਆ ਕੰਮ ਆਹ ਬੂਟਾ ਜੇ ਵੱਢ ਦੇਣਾ ਇਹਦਾ ਵੀ ਉਹਲਾ ਪੈਂਦਾ ਆਪਾਂ ਠੀਕ ਆ ਲੱਗਾ ਹੋਇਆ ਮਤੀਰਾ ਅਤੇ ਇੱਥੇ ਲੱਗੀ ਹੋਈ ਬੈਂਗਣੀ ਦੇਖੋ ਬੈਂਗਣੀ ਜਿੱਦਾਂ ਤੇਲ ਨਾਲ ਨਹੀਂ ਆਪਾਂ ਚੋਪੜ ਦਿੰਦੇ ਕਿਸੇ ਚੀਜ਼ ਨੂੰ ਇੱਦਾਂ ਲੱਗਦੀ ਆ ਆਹ ਦੇਖੋ ਬੈਂਗਣੀ ਖਰਾਬ ਹੋਈ ਜਾਂਦੀ ਹੈ ਤੋੜੀ ਨਹੀਂ ਕਿਤੇ ਭੁੱਲ ਗਏ ਚੇਤਾ ਭੁੱਲ ਗਿਆ ਹੋਊਗਾ ਇਹ ਜ਼ਿਆਦਾ ਪੱਕ ਗਈ ਇੱਦਾਂ ਕਰੇਲਿਆਂ ਦੀ ਵੱਲ ਆ ਇਹ ਇੱਕ ਵੱਲ ਹੀ ਆ ਪੰਜ ਛੇ ਲਾਈਆਂ ਸੀਗੀਆਂ ਸੋ ਥੋੜ੍ਹਾ ਜਿਹਾ ਹੋਇਆ ਕਿ ਜਿਹੜੀ ਆਹ ਆਪਣੀ ਆਹ ਜਗ੍ਹਾ ਸੀ ਨਾ ਇੱਥੇ ਗੋਬਰ ਗੈਸ ਪਲਾਂਟ ਸੀਗਾ ਸੋ ਇਹ ਥੱਲੇ ਦੱਬ ਗਿਆ ਇੱਕ ਫੁੱਟ ਨੀਵਾਂ ਹੋ ਗਿਆ ਦੂਜੇ ਨਾਲੋਂ ਇੱਕ ਫੁੱਟ ਨੀਵਾਂ ਹੋਣ ਦੇ ਨਾਲ ਨਾ ਇਹਦੇ ਵਿੱਚ ਜਿੰਨੀਆਂ ਸਬਜ਼ੀਆਂ ਲਾਈਆਂ ਸੀਗੀਆਂ ਜਿੰਨੇ ਬੂਟੇ ਲਾਏ ਸੀ ਪਤਾ ਨਹੀਂ ਉਹ ਕੀ ਚੱਕਰ ਪੈ ਗਿਆ ਉਹ ਥੱਲੇ ਹੀ ਉਹ ਉਹਨਾਂ ਦਾ ਪੂਰਾ ਉਹਨਾਂ ਨੇ ਗਰੋ ਨਹੀਂ ਕੀਤਾ ਹੈਗਾ ਠੀਕ ਆ ਸੋ ਕਰੇਲਿਆਂ ਨੂੰ ਵੀ ਆਪਣੇ ਨੂੰ ਪ੍ਰੋਬਲਮ ਥੋੜ੍ਹੀ ਜਿਹੀ ਆ ਗਈ ਸੀ ਬਟ ਕਰ ਲਈ ਕਹੋ ਥੋੜ੍ਹਾ ਫੰਕਸ ਦੀ ਪ੍ਰੋਬਲਮ ਆ ਗਈ ਸੀ ਹੁਣ ਫਿਰ ਲੱਗਣੇ ਸ਼ੁਰੂ ਹੋ ਗਏ ਆ ਕਰੇਲੇ ਪੂਰਾ ਐਨ ਜੰਗਲ ਵੱਜਿਆ ਖੜਾ ਇੱਥੇ ਦੇਖੋ ਕਿੰਨੀ ਸੰਘਣੀ ਸਬਜ਼ੀ ਹੋਈ ਆ ਬਟ ਅਗਲੀ ਵਾਰ ਨੂੰ ਆਪਾਂ ਜਮ੍ਹਾਂ ਸੈੱਟ ਕਰ ਦੇਣੀ ਆ ਕਿਉਂਕਿ ਸਬਜ਼ੀ ਇਸ ਵਾਰ ਪਹਿਲੀ ਵਾਰ ਲਾਈ ਸੀ ਜੇ ਪਹਿਲੀ ਵਾਰ ਚੀਜ਼ ਲਾਉਣੀ ਆਪਾਂ ਨੂੰ ਬਹੁਤ ਚੀਜ਼ਾਂ ਪਤਾ ਨਹੀਂ ਲੱਗਦਾ ਹੌਲੀ ਹੌਲੀ ਆਪਾਂ ਨੂੰ ਪਤਾ ਲੱਗਦਾ ਕਿਹੜਾ ਬੂਟਾ ਕਿੱਥੇ ਸੈੱਟ ਰਹੂਗਾ ਸੀਗਾ ਫਲੀਆਂ ਫੁਲੀਆਂ ਵੀ ਸਾਰੀਆਂ ਹੋਈਆਂ ਪਈਆਂ ਤੋੜਨ ਵਾਲੀਆਂ ਦੇਖੋ ਓਕੇ ਖੇਤ ਵੀ ਹੁਣ ਬਾਸਮਤੀ ਪਨੀਰ ਲਾਈ ਸੀ ਬਹੁਤ ਸੋਹਣੀ ਪਨੀਰੀ ਉੱਗੀ ਸੀ ਚੂਹਿਆਂ ਨੇ ਇੰਨਾ ਕੁ ਜ਼ਿਆਦਾ ਤੰਗ ਕੀਤਾ ਚੂਹੇ ਇੰਨੀ ਕੁ ਪਨੀਰੀ ਖਰਾਬ ਕਰ ਰਹੇ ਆ ਠੀਕ ਆ ਕਲੋਰੋ ਵੀ ਪਾਤੀ ਆ ਪਦਾਨ ਵੀ ਪਾਤੀ ਆ ਥੈਮਟ ਵੀ ਪਾਤੀ ਆ ਠੀਕ ਆ ਅਤੇ ਉੱਧਰ ਬੇਬੇ ਵੀ ਆ ਗਈ ਲਓ ਜੀ ਬੇਬੇ ਸਾਗ ਦੀ ਬਹੁਤ ਸ਼ੌਕੀਨ ਆ ਜਾ ਬੇਬੇ ਤੋੜ ਗਈ ਆਪਾਂ ਦੋਨੇ ਜਾਣੇ ਅੱਜ ਮੇਰੀ ਘਰ ਵਾਲੀ ਹੈ ਨੀ ਗੀ ਤੇ ਮੇਰੀ ਹੈਲਪ ਕਰਾ ਮੇਰਾ ਨਹੀਂ ਤੇ ਜੀ ਕਰਦਾ ਇਕੱਲੀ ਦਾ ਸਬਜ਼ੀ ਤੋੜਨ ਨੂੰ ਮੇਰਾ ਨਹੀਂ ਇਕੱਲੇ ਦਾ ਜੀ ਕਰਦਾ ਹੈਗਾ ਸਾਗ ਜਾਂ ਸਬਜ਼ੀ ਤੋੜਨ ਨੂੰ ਨਾਲ ਮੈਂ ਤਾਂ ਲੈ ਆਉਣੀ ਜਾ ਕੇ ਬੇਬੇ ਲਿਆ
ਬੇਬੇ ਦਾ ਤਾਂ ਕੰਮ ਚ ਟਾਈਮ ਨਿਕਲ ਜਾਂਦਾ ਹੈ ਨਾ। ਲਓ ਇਧਰ ਯਾ ਕਿੱਧਰ ਦੀ ਕਰੇਲੇ ਬੜੇ ਫੜਦੇ ਤੇ ਆ ਦੇਖ ਲੈ ਨਿੱਕੇ ਨਿੱਕੇ ਲੈ ਇਹ ਹੈਗੇ ਦੂਜੇ ਝਾੜ ਕਰੇਲੇ ਇਹ ਲੱਭਦੇ ਹੀ ਨਹੀਂ ਇਹ ਬਸ ਸਾਰਾ ਸੈੱਟ ਕਰਨ ਵਾਲਾ ਸਾਰਾ ਇਤਕੀ ਉਲਟ ਫੁਲਟ ਹੋ ਗਿਆ ਸਾਰਾ ਕੋਈ ਹਾਂ ਠੀਕ ਆ ਤੇ ਖੜਾ ਹੈ ਨਾ ਕੋਈ ਭਿੰਡੀ ਤੋੜੀ ਨਾ ਕੋਸ ਉਹ ਮੈਂ ਵੀ ਗੱਲਾਂ ਕਰਨ ਲੱਗ ਗਿਆ ਸੀ ਤੇ ਗੱਲਾਂ ਕਰਨ ਲੱਗ ਗਿਆ YouTube ਵਾਲੀ ਆਪਣੀ ਫੈਮਿਲੀ ਨੂੰ ਕਹਿ ਸਾਗ ਲੈਣਾ ਤਾਂ ਲੈ ਜਾਓ ਸਾਗ ਵਾਧੂ ਹੋਇਆ ਵਾਧੂ ਸੋਹਣਾ ਸਾਗ ਸਾਗ ਪੱਥੇ ਬਹੁਤ ਵੱਡਾ ਹੋਇਆ ਤੇ ਆਪਣੇ ਸੀ ਆ ਤੇ ਮਾਤਾ ਤੋੜ ਕੇ ਦੇਣਾ ਪੈਣਾ ਉਹ ਐਂ ਕਰੋ ਤੁਹਾਨੂੰ ਆ ਡਰੈਸ ਤੁਸੀਂ ਭੇਜ ਦੋ ਕੋਰੀਅਰ ਹੀ ਕਰ ਦਿੰਦੇ ਆ ਸਹੀ ਆ ਕੋਰੀਅਰ ਹੀ ਕਰ ਦੇਣੇ ਤੁਹਾਨੂੰ ਠੀਕ ਆ ਆਪਣੇ ਮਤੀਰਾ ਵੀ ਪਿਆ ਲੱਗਿਆ ਹਾਂ ਮਤੀਰਾ ਦੇਖ ਲਿਆ ਸਾਰਿਆਂ ਨੇ ਅਜੇ ਆਪਾਂ ਨੂੰ ਲਾਉਣੀ ਨਹੀਂ ਆਈ ਪਹਿਲਾਂ ਹਜੇ ਝੋਨਾ ਹੀ ਲਾਉਣਾ ਪੈਣਾ ਸੋਚਿਆ ਸੀਗਾ ਬਾਸਮਤੀ ਲਾਵਾਂਗੇ ਤੇ ਪਰ ਝੋਨਾ ਹੀ ਲਾਉਣਾ ਪੈਣਾ ਲੱਗਦਾ ਪਨੀਰ ਤੇ ਛੱਡੀ ਨਹੀਂ ਚੂਹਿਆਂ ਨੇ ਸਾਰਾ ਕੁਝ ਪਾ ਕੇ ਦੇ ਲਿਆ ਪਨੀਰ ਦੇ ਚਾਰ ਸਪੇਰੇ ਵੱਟ ਮਾਰ ਕੇ ਪਾਣੀ ਛੱਡਤਾ ਉਹਦੇ ਚ ਪਾਣੀ ਛੱਡ ਕੇ ਉਹਦੇ ਚ ਕਲੋਰੋ ਪਾਤੀ ਆ ਵੀ ਤਾਂ ਜੋ ਵੀ ਬਹੁਤ ਕੌੜਾ ਪਾਣੀ ਹੋ ਜਾਏ ਚੂਹੇ ਵੱਜਦੀ ਨੰਘਣ ਨਾ ਤੇ ਰਾਤ ਉਦੋਂ ਵੀ ਜ਼ਿਆਦਾ ਵੱਜਦੀ ਨੰਘੇ ਕੱਲ ਮੈਂ ਪਾ ਕੇ ਆਇਆ ਕੀ ਕਰਨ ਭੁੱਖੇ ਤੇ ਆਏ ਫਿਰ ਉਹਨਾਂ ਨੇ ਵੀ ਤਾਂ ਕੁਝ ਖਾਣਾ ਹੀ ਆ ਆਪਾਂ ਨੂੰ ਨਹੀਂ ਬੇਬੇ ਖਾਣ ਜੋਗਾ ਛੱਡ ਦੇ ਜੇ ਇੰਨਾ ਉਹ ਖਾਣ ਲੱਗੇ ਤਾਂ ਕੋਈ ਨਹੀਂ ਜੋ ਪਰਮਾਤਮਾ ਨੇ ਦੇਣਾ ਦੇਈ ਹੁਣ ਵੇ ਪਨੀਰੀ ਝੋਨੇ ਦੀ ਲਾਉਣੀ ਬਣੀ ਮੇਰੇ ਹਿਸਾਬ ਨਾਲ ਠੀਕ ਆ ਔਖਾ ਕੰਮ ਲੱਗਦਾ ਹੁਣ ਖੜੇ ਪੈਰ ਹੁਣ ਪਾਣੀ ਆਪਾਂ ਨੂੰ ਛੱਡਣਾ ਪੈਣਾ ਖੜੇ ਪੈਰ ਪਨੀਰੀ ਪਤਾ ਕਰਨੀ ਪੈਣੀ ਆ ਤੇ ਪਨੀਰੀ ਪਤਾ ਕਰਕੇ ਫਿਰ ਆਪਾਂ ਝੋਨਾ ਤਾਂ ਲਾਈ ਗਿਆ ਜਿੰਨਾ ਕੁ ਲੱਗਦਾ ਉਨਾ ਹੀ ਲਾਈਗੀ ਠੀਕ ਆ ਫਿਰ ਬਾਕੀ ਜਿੰਨੇ ਕੁ ਥੋੜੇ ਰਹਿ ਜਾਣਗੇ ਫਿਰ ਨਹੀਂ ਤਾਂ ਪਨੀਰੀਆਂ ਵਾਹੀਆਂ ਜਾਣੀਆਂ ਹੁਣ ਤਾਂ ਮਿਲ ਜੂਗੀ ਪਨੀਰੀ ਫਿਰ ਪਨੀਰੀ ਵਾਹੀ ਜਾਊਗੀ ਉਹਦੇ ਨੂੰ ਬਾਸਮਤੀ ਦੇ 4-5 ਕਿੱਲੇ ਜੇ ਲੱਗਦੇ ਤਾਂ ਲਾ ਦਾਂਗੇ ਆਮਾ टोकरी उधर ही बैठी अपना साग है जी गल कर दी आप देखो इना भारा साग बापू भी आ गया नाल ही अज एक औरले ते लगी हुई औरले बूटे ते आहा टोकरी चक के ले आओ अंदर तू चक ले आओ किधर रखती उधर रखती मैं इधर ही ਆ ਬੱਲ ਹੋ ਚੁੱਕੀ ਹੁਣ ਕਾਮਯਾਬ ਇੱਧਰ ਨੂੰ ਪੁੱਜ ਗਈ ਕਿੱਧਰ ਗਈ ਟੋਕਰੀ ਆਪਣੀ ਟੋਕਰੀ ਕਿੱਥੇ ਰੱਖ ਲਈ ਉਹ ਉਧਰ ਪਈ ਆ ਬਾਪੂ ਵੀ ਖੇਤੋਂ ਵੱਕਿਆ ਹੀ ਆਇਆ ਕਿਉਂਕਿ ਚੂਹਿਆਂ ਨੇ ਸਾਰੀ ਪਨੀਰੀ ਖਰਾਬ ਕਰਤੀ ਆ ਹੈਲੋ ਆ ਜਾਓ ਫਿਰ ਹੁਣ ਪੀਜਨ ਛੱਡੀ ਗਿਆ ਆਪਾਂ आज भी आज आज भी आ आ आ आ इन्ने बच्चे इन्ने अंडे आ मैनू किसी का नहीं पता लगता किन्ने बच्चे इतने आए बैठे आ किरबल किरबल होंगी पी खोडे च आ देखो दो आ बैठे आ तीन तो चार ये बैठे आ बच्चे इतने आंडे दते हुए देखो चार बच्चे आ फिरते जी दो इतने बैठे आ तीन वो गुट च बैठे आ ठीक है इतना दोनों के आंडे दते हुए इधर ही बच्चे बैठे हुए आ देखो लो इतने भी बच्चे आ सुमी नूं कई कह देंगे भाई यार कबूतर दे दे कि मैनू तो पता ही नहीं लगता किहदा मां ते किहदा प्यो आ छोटे छोटे बच्चे आ लो देखो आ बच्चे फिरदे आ विच
ते विच्चे दो आंडे दित्ते पए मेरे हिसाब दे नाल आंडे कच्चे लाए हुए आ ये खराब आंडे बट इन्हां ने बहुत ज्यादा वधदे आ तां ढेर लाए पए आ आ भी बच्ची है दोनों वड्डे हो गए आज पुत बाहर चलो आ, आ। चलो भजो दाने खान लगो हूँ मौज कर दे मौज ना कहेंगे सानू इतने माँ प्यो कहेंगे इतने खुआओ सानू चलो 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 तुसी भी चलो चलो बाहर चलो 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 या अपने पीजन कैम लग दे ना लो जी एक होर आ गया पीजन ये गोलियां का पीजन इन्हें फड़ के दवाई दी भी बीमार लगता थोड़ा जहा